गुड मॉर्निंग स्टूडेंट्स, मैं कुलजीत कौर। अच्छा आप एस एस जेड हैगा लैसन स्टार्ट किया हो इनवायरमेंट वह फस्ट हाफ मैं तुम्हें उस दिन करवा दिता से अज जो आप लैसन कंप्लीट करा एलीमेंट्स ऑफ द इनवायरमेंट जो आप स्टार्ट किया तीन स्पेयर जोड़े है एटमोसफेयर लिथोस्फेयर से हाइड्रोस्फेयर बारे अच्छ आप पढ़ा। फस्ट है जी एटमोसफेयर जोड़ा हैगा जी इनू असं पंजाबी वाचुमंडल कहने साड़ी जी अर्थ हैगी आसे पास जो हवा के एक गिलाफ हैगा ਉਹਨੂੰ ਹੀ ਐਟਮੋਸਫੇਅਰ ਕਿਹਾ ਜਾਂਦਾ ਹੈ। ਐਟਮੋਸਫੇਅਰ ਦਾ ਜਿਹੜਾ ਹੈਗਾ ਗਲਾਫ ਉਹ ਸਾਡੇ ਮੀਨਸ ਸਾਰੀ ਧਰਤੀ 'ਤੇ ਹੈ, ਇੱਕ ਮਰਕਰੀ ਅਤੇ ਜਿਹੜੇ ਹੈਗੇ ਆ ਸੋਲਰ ਸਿਸਟਮ ਦੇ ਸੈਟੇਲਾਈਟਸ ਮੀਨਸ ਕਿ ਜਿਹੜੇ ਸੂਰਜ ਦੇ ਉਪਗ੍ਰਹਿ ਹੈਗੇ ਆ, ਇਹ ਤੋਂ ਬਿਨਾਂ ਸਾਰੇ ਹੀ ਗ੍ਰਹਿਆਂ ਦੇ ਦੁਆਲੇ ਐਟਮੋਸਫੇਅਰ ਹੈ। ਇਹ ਜਿਹੜਾ ਹੈਗਾ ਜੀ ਇਹ ਸਾਡਾ ਜਿਹੜਾ 1600 ਕਿਲੋਮੀਟਰ ਤੱਕ ਜਿਹੜਾ ਫੈਲਿਆ ਹੋਇਆ ਹੈ ਅਤੇ ਜਿਹੜਾ 99% ਜਿਹੜੀ ਏਅਰ ਹੈਗੀ ਆ ਉਹ ਜਿਹੜੀ ਧਰਤੀ ਤੋਂ 32 ਕਿਲੋਮੀਟਰ ਦੇ ਘੇਰੇ ਤੱਕ ਹੀ ਜ਼ਿਆਦਾ ਹਵਾ ਪਾਈ ਜਾਂਦੀ ਹੈ। ਜਿਹੜਾ ਹੈਗਾ ਜੀ ਧਰਤੀ 'ਤੇ ਜੇ ਕੋਈ ਵੀ ਲਾਈਫ ਮੇਨਟੇਨ ਕਰਨਾ ਪਲਾਂਟਸ ਲਈ ਅਤੇ ਐਨੀਮਲਸ ਲਈ ਜੇ ਇਹ ਵਾਲਾ ਗਲਾਫ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਡੀ ਤਾਂ ਧਰਤੀ ਦੇ ਆਸੇ ਪਾਸੇ ਸੇਫ ਗਾਰਡ ਦੇ ਦੌਰਾਨ ਕੰਮ ਕਰਦਾ ਹੈ। ਅਤੇ ਜਿਹੜੇ ਮੇਨਲੀ ਇਹਦੇ ਜਿਹੜੇ ਕੰਪੋਨੈਂਟਸ ਹੈਗੇ ਆ ਉਹਦੇ ਵਿੱਚ ਜਿਹੜਾ ਹੈਗਾ ਟੈਂਪਰੇਚਰ ਨਮੀ ਅਤੇ ਜਿਹੜੇ ਵਾਜੂ ਦਾਬ ਆਉਂਦੇ ਆ ਇਹ ਕੀ ਹੈ ਧਰਤੀ 'ਤੇ ਜਿਹੜਾ ਹੈਗਾ ਇਨਵਾਇਰਮੈਂਟ ਨੂੰ ਇਫੈਕਟ ਕਰਦੇ ਆ। ਸੈਕਿੰਡ ਜਿਹੜਾ ਹੈਗਾ ਜੀ ਉਹਦੇ ਵਿੱਚ ਹੈ ਲਿਥੋਸਫੇਅਰ, ਜਿਹੜੀ ਸੈਕਿੰਡ ਸਫੇਅਰ ਆ ਉਹਦਾ ਨਾਮ ਹੈ ਲਿਥੋਸਫੇਅਰ। ਲਿਥੋਸਫੇਅਰ ਜਿਹੜੀ ਹੈਗੀ ਹੈ ਜੀ ਸਾਡੀ ਜਿਹੜੀ ਧਰਤੀ ਦੀ ਸਰਫੇਸ ਹੈ ਮਤਲਬ ਸਤਹ ਹੈ ਇਹਦੇ ਵਿੱਚ ਜਿਹੜਾ ਹੈਗਾ ਜੀ ਮੇਨਲੀ ਪਾਣੀ ਅਤੇ ਲੈਂਡ ਦੁਆਰਾ ਕਵਰ ਆ। ਜਿਹੜੀ ਸਾਡੀ ਮੇਨਲੀ ਜਿਹੜੀ ਹੈਗੀ ਹੈ ਧਰਤੀ ਦੀ ਪਰਤ ਹੈਗੀ ਹੈ ਉਹ ਤਾਂ ਜਿਹੜਾ ਹੈਗਾ ਪਾਣੀ ਅਤੇ ਲੈਂਡ ਹੈ। ਜਿਹੜਾ ਵਾਟਰ ਹੈਗਾ ਉਹ ਕੀ ਹੈ ਜੀ 71% ਹੈ ਅਤੇ ਲੈਂਡ ਹੈਗੀ ਹੈ 29%। ਜਿਹੜੀ ਅਰਥ ਦੀ ਸਰਫੇਸ ਹੈ ਇਹਨੂੰ ਜੇਕਰ ਅਸੀਂ ਦੇਖੀਏ ਜਿਹੜਾ ਕਵਰ ਕਰਦੇ ਟੋਟਲ ਜਿਹੜਾ ਹੈਗਾ ਮੇਨਲੀ ਲੈਂਡ ਏਰੀਆ ਉਹਦਾ 2/3 ਪਾਰਟ ਜਿਹੜਾ ਹੈਗਾ ਉਹ ਕੀ ਹੈ ਨਦਰਨ ਹੈਮਿਸਫੇਅਰ ਦੇ ਵਿੱਚ ਆ ਜਾਂਦਾ, ਟੋਟਲ ਲੈਂਡ ਦਾ ਜਿਹੜਾ ਏਰੀਆ ਹੈ। ਅਰਥ ਜਿਹੜੀ ਹੈਗੀ ਆ ਬਾਹਰਲੇ ਪਾਸੋਂ ਜਿਹੜੀ ਮੋਟਾਈ ਹੈਗੀ ਹੈ ਮਤਲਬ ਕਿੰਨਾ ਇਹ ਹੈਗਾ ਅਪਰੋਕਸੀਮੇਟ 80-100 ਕਿਲੋਮੀਟਰ ਤੱਕ ਪਰਤੇ ਦੀ ਮੋਟੀ ਹੈਗੀ ਆ, ਪਰ ਇਹ ਹਰ ਜਗ੍ਹਾ ਸੇਮ ਨਹੀਂ ਹੋਏਗੀ। ਜਿਵੇਂ ਕੀ ਹੈ ਜਿੱਥੇ ਲੈਂਡ ਪਾਈ ਜਾਂਦੀ ਹੈ ਉੱਥੇ ਕੀ ਹੈ ਇਹਦੀ ਜਿਹੜੀ ਅਰਥ ਦੀ ਜਿਹੜੀ ਹੈਗੀ ਹੈ ਬਾਹਰਲੀ ਸਤਹ ਜ਼ਿਆਦਾ ਮੋਟੀ ਹੋਏਗੀ ਅਤੇ ਜਿੱਥੇ ਕੀ ਹੈ ਓਸ਼ੀਅਨ ਆ ਜਿਵੇਂ ਕਿ ਸਮੁੰਦਰ ਹੈ ਉੱਥੇ ਇਹ ਘੱਟ ਮੋਟੀ ਹੋਏਗੀ। ਜਿਹੜੀ ਹੈਗੀ ਹੈ ਕ੍ਰਸਟ ਹੈਗੀ ਉਹਦੇ ਵਿੱਚ ਕੀ ਹੈ ਜੀ ਮੇਨਲੀ ਜਿਹੜੀ ਅਰਥ ਦੀ ਕ੍ਰਸਟ ਹੈਗੀ ਆ ਉਹ ਮੇਨਲੀ ਕਈ ਤਰ੍ਹਾਂ ਦੀਆਂ ਚਟਾਨਾਂ ਤੋਂ ਰੌਕਸ ਤੋਂ ਬਣੀ ਹੋਈ ਹੈ। ਇਹਦੇ ਵਿੱਚ ਕੀ ਹੈ ਇਹਨੂੰ 3 ਲੇਅਰਸ ਦੇ ਵਿੱਚ ਵੰਡਿਆ ਜਾਂਦਾ ਹੈ। ਇਹਦੇ ਜਿਹੜੀਆਂ 3 ਲੇਅਰਸ ਹੈ ਉਹ ਹੈਗੀਆਂ ਜੀ ਲਿਥੋਸਫੇਅਰ, ਮੈਟਲ ਅਤੇ ਕੋਰ। ਸਾਰਿਆਂ ਨਾਲੋਂ ਜਿਹੜੀ ਉੱਪਰਲੀ ਪਰਤ ਹੈਗੀ ਆ ਉਹਨੂੰ ਅਸੀਂ ਸਿਆਲ ਬੋਲਦੇ ਹਾਂ, SIAL। SI ਤੋਂ ਮਤਲਬ ਹੈ ਸਿਲੀਕੋਨ, AI ਤੋਂ ਮਤਲਬ ਹੈ ਐਲੂਮੀਨੀਅਮ, ਠੀਕ ਹੈ ਜੀ। ਜਿਹੜੀ ਸੈਕਿੰਡ ਹੈਗੀ ਆ ਉਹ ਹੈਗੀ ਹੈ ਜੀ ਸੀਮਾ, ਉਹਦੇ ਵਿੱਚ SI ਦਾ ਮਤਲਬ ਹੈ ਸਿਲੀਕੋਨ, MA ਦਾ ਮਤਲਬ ਹੈ ਮੈਗਨੇਸ਼ੀਅਮ, ਮਤਲਬ ਇਹਦੇ ਵਿੱਚ ਇਹ ਵਾਲੇ ਤੱਤ ਪਾਏ ਜਾਂਦੇ ਆ। ਜਿਹੜੀ ਲਾਸਟ ਹੈ ਜੀ ਉਹਨੂੰ ਬੋਲਦੇ ਆ ਨਾਈਫ, NIFE ਨਾਈਫ। ਇਹਦੇ ਵਿੱਚ ਕੀ ਹੈ ਜੀ NI ਨਿਕਲ ਤੋਂ ਲਿਆ ਗਿਆ, FE ਫੇਰੀਅਸ ਮੀਨਸ ਜਿਹਦੇ ਵਿੱਚ ਆਇਰਨ ਹੋਵੇ, ਠੀਕ ਹੈ ਜੀ। ਇਹ ਵਾਲਾ ਆਪਣਾ ਕੰਪਲੀਟ। ਨੈਕਸਟ ਹੈ ਜੀ ਹਾਈਡਰੋਸਫੇਅਰ, ਜਿਹੜੀ ਹਾਈਡਰੋਸਫੇਅਰ ਮੀਨਸ ਜਿੱਥੇ ਪਾਣੀ ਜਿਹੜਾ ਹੈਗਾ ਜੀ ਸਾਡੀ ਜਿਹੜੀ ਧਰਤੀ ਦੀ ਸਤਹ ਮੇਨਲੀ ਉਹ ਜ਼ਿਆਦਾਤਰ ਕਿਹਦੇ ਕਵਰ ਕੀਤੀ ਹੋਈ ਹੈ ਸਾਡੇ ਪਾਣੀ ਨੇ, ਮਤਲਬ ਜਿਹੜਾ ਸਾਰਾ ਏਰੀਆ ਹੈਗਾ ਪਾਣੀ ਨੇ ਕਵਰ ਕੀਤਾ ਉਸ ਏਰੀਏ ਨੂੰ ਕੀ ਕਿਹਾ ਜਾਂਦਾ ਹਾਈਡਰੋਸਫੇਅਰ। ਅਤੇ ਜਿਹੜਾ ਸਾਡਾ ਜਿਹੜਾ ਹੈਗਾ ਜ਼ਿਆਦਾਤਰ ਜਿਹੜਾ ਪਾਣੀ ਹੈਗਾ ਉਹਦੇ ਵਿੱਚ ਕੀ ਆ ਜਾਂਦੇ ਜੀ ਪਾਣੀ ਵਾਲੀਆਂ ਚੀਜ਼ਾਂ, ਸਮੁੰਦਰ ਵਗੈਰਾ, ਓਸ਼ੀਅਨ, ਸੀ, ਰਿਵਰਸ, ਲੇਕਸ, ਵਾਟਰ ਵੈਲੀਸ, ਇਹ ਸਾਰਾ ਕੁਛ। ਅਤੇ ਹੁਣ ਜੇਕਰ ਗੱਲ ਕਰੀਏ ਜੀ ਸਾਡੇ ਜਿਹੜਾ ਹੈਗਾ 71% ਜਿਹੜਾ ਅਰਥ ਦਾ ਪੂਰਾ ਏਰੀਏ ਦੇ ਵਿੱਚ 71% 'ਚ ਪਾਣੀ ਪਾਇਆ ਜਾਂਦਾ, ਇਸ ਕਰਕੇ ਜਿਹੜਾ ਹੈਗਾ ਅਰਥ ਨੂੰ ਵਾਟਰੀ ਪਲਾਂਟ ਵੀ ਕਿਹਾ ਜਾਂਦਾ, ਮਤਲਬ ਜਿੱਥੇ ਕੀ ਆ ਵਾਟਰ ਹੀ ਮਿਲੇ ਇਸ ਤਰ੍ਹਾਂ ਦਾ ਪਲੈਨਟ। ਅੱਗੇ ਹੈਗਾ ਜੀ ਵਾਟਰ ਏਰੀਆ ਜਿਹੜਾ ਹੈਗਾ ਮੇਨਲੀ ਡੀਪ ਹੁੰਦੇ ਆ ਕਿਉਂਕਿ ਪਾਣੀ ਜਿਹੜਾ ਹਮੇਸ਼ਾ ਨੀਵੀਂ ਜਗ੍ਹਾ 'ਤੇ ਹੁੰਦਾ ਹੈ, ਅਤੇ ਜਿਵੇਂ ਜਿਵੇਂ ਨੀਵੀਂ ਹੋਈ ਜਾਊਗੀ ਉਹਦੀ ਡੂੰਘਾਈ ਵੀ ਵੱਧਦੀ ਜਾਂਦੀ। ਜਿਵੇਂ ਆਪਾਂ ਸਮੁੰਦਰ ਦਾ ਦੇਖੀਏ ਧਰਤੀ ਤੋਂ ਸਮੁੰਦਰ ਨੀਵੇਂ ਹੁੰਦੇ ਆ, ਦੈਨ ਸਮੁੰਦਰ ਦੇ ਵੀ ਜੇਕਰ ਅੰਦਰ ਅੰਦਰ ਅੱਗੇ ਅੱਗੇ ਜਾਈ ਜਾਵਾਂਗੇ ਤਾਂ ਉਹ ਹੋਰ ਡੂੰਘੇ ਹੁੰਦੇ ਜਾਂਦੇ ਆ। ਅਤੇ ਜਿਹੜਾ ਹੈਗਾ ਜੀ ਸਮੁੰਦਰ ਦਾ ਮੇਨਲੀ ਇਫੈਕਟ ਜਿਹੜਾ ਹੈਗਾ ਜੀ ਕਲਾਈਮੇਟ ਪੁਆਇੰਟ ਆਫ ਵਿਊ ਹੈ। ਕਿਵੇਂ ਹੈ ਜੀ ਕਲਾਈਮੇਟ ਆਫ ਵਿਊ,
ਜਿਹੜਾ ਮੇਨਲੀ ਜਿਹੜਾ ਪਾਣੀ ਹੈਗਾ ਗਾ ਉਹ ਗਰਮ ਹੋ ਕੇ ਗਈ ਕਲਾਊਡਸ ਬਣ ਜਾਂਦਾ, ਕਲਾਊਡਸ ਬਣਨ ਤੋਂ ਬਾਅਦ ਉਹ ਕੀ ਬਣਦਾ ਰੇਨ, ਅਤੇ ਦੈਨ ਬਾਰਿਸ਼ ਹੁੰਦੀ ਹੈ। ਜਿਹੜਾ ਇਹ ਹੈਗਾ ਜੀ ਓਸ਼ੀਅਨ ਕਲਾਊਡਸ, ਯਾਨੀ ਕਿ ਸਮੁੰਦਰੀ ਜਿਹੜੀਆਂ ਧਰਾਵਾਂ, ਅਤੇ ਦੈਨ ਕੀ ਹੈ ਜੀ ਟਾਈਡਸ, ਮੀਨ ਜਿਹੜਾ ਜਵਾਰ ਭਾਟਾ, ਇਹ ਵੀ ਆਪਣੇ ਨਾਲ ਦੇ ਏਰੀਏਜ਼ ਨੂੰ ਜਿਹੜਾ ਇਫੈਕਟ ਕਰਦੇ ਆ। ਦੈਨ ਆ ਜਾਓ ਜੀ, ਕਹਿੰਦੇ ਇਹ ਜਿਹੜਾ ਹੈਗਾ ਜੀ ਮੇਨ, ਜੇਕਰ ਦੇਖੀਏ ਇਹ ਹਰ ਚੀਜ਼ ਜਿਹੜੀ ਹੈਗੀ ਆ ਇਫੈਕਟ ਆਉਂਦਾ ਹੈ, ਮਤਲਬ ਜੇਕਰ ਪਾਣੀ ਹੈ ਜਿੱਥੇ ਉਹਦੇ ਆਸੇ ਪਾਸੇ ਦੇ ਏਰੀਏ 'ਤੇ ਵੀ ਉਸਦਾ ਇਫੈਕਟ ਹੋਏਗਾ। ਨੈਕਸਟ ਆ ਜਾਓ ਜੀ ਬਾਇਓਸਪੇਅਰ। ਬਾਇਓਸਪੇਅਰ ਦਾ ਮੀਨਸ ਕੀ ਹੈ ਜੀ, ਉਹ ਵਾਲਾ ਏਰੀਆ ਜਿੱਥੇ ਕੀ ਆ ਜੀਵ ਜੰਤੂ ਵਗੈਰਾ ਪਾਏ ਜਾਂਦੇ ਆ, ਮਤਲਬ ਜਿੱਥੇ ਲੀਵਿੰਗ ਜਿਹੜੇ ਹੈਗੇ ਆ ਕੋਈ ਵੀ ਲੀਵਿੰਗ ਔਰਗਨਸ ਪਾਏ ਜਾਂਦੇ ਆ। ਜਿਵੇਂ ਕੀ ਆ ਇੱਥੇ ਮੇਨਲੀ ਜਿਹੜੇ ਹੈਗੇ ਆ ਤਿੰਨ ਸਪੇਅਰਸ ਰਲੇ ਹੁੰਦੇ ਆ, ਮੀਨਸ ਇਹ ਕੀ ਆ ਧਰਤੀ ਦਾ ਉਹ ਮੰਡਲ ਆ ਜਿੱਥੇ ਕੀ ਹੈ ਕੁਦਰਤੀ ਜਿਹੜਾ ਹੈਗਾ ਤੱਤਾਂ 'ਤੇ ਇਫੈਕਟ ਪੈਂਦਾ। ਇੱਥੇ ਜਿਹੜੇ ਤਿੰਨੇ ਮੰਡਲ ਮੀਨਸ ਹਾਈਡਰੋ, ਲਿਥੋਸਫੇਅਰ, ਐਟਮੋਸਫੇਅਰ ਸਾਰੇ ਹੀ ਇਕੱਠੇ ਹੁੰਦੇ ਆ, ਇਹਨਾਂ ਦਾ ਇਫੈਕਟ ਕਰਕੇ ਹੀ ਇੱਥੇ ਪਲਾਂਟਸ ਐਨੀਮਲਸ ਜਿਹੜੇ ਹੁੰਦੇ ਆ, ਅਤੇ ਜਿਹੜੇ ਪਲਾਂਟਸ ਐਨੀਮਲ ਜਿਹੜੇ ਹੈਗੇ ਆ ਇੱਥੇ ਪਾਏ ਜਾਂਦੇ, ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਜੀ ਐਨੀਮਲ ਕਿੰਗਡਮ ਵੀ ਕਿਹਾ ਜਾਂਦਾ ਹੈ। ਅੱਗੇ ਆ ਜਾਓ ਜੀ, ਹੁਣ ਇਹਦੇ ਵਿੱਚ ਦੇਖੋ ਬਾਇਓਸਫੇਅਰ ਮੀਨਸ ਕੀ ਹੈ ਜੀ, ਇਟ ਇਜ਼ ਅ ਰਿਜ਼ਲਟ ਆਫ ਦਾ ਕਲੈਕਟਿਵ ਇਫੈਕਟ ਆਫ ਦਾ ਐਟਮੋਸਫੇਅਰ, ਲਿਥੋਸਫੇਅਰ ਐਂਡ ਦਾ ਹਾਈਡਰੋਸਫੇਅਰ, ਮਤਲਬ ਕੀ ਹੈ ਕਲੈਕਟਿਵ ਬੇਸ 'ਤੇ ਇੱਥੇ ਸਭ ਦਾ ਇਫੈਕਟ ਮਿਲਦਾ ਹੈ, ਐਟਮੋਸਫੇਅਰ, ਲਿਥੋਸਫੇਅਰ ਅਤੇ ਹਾਈਡਰੋਸਫੇਅਰ। ਦੈਨ ਐਨੀਮਲ ਕਿੰਗਡਮ ਕੀ ਹੈ ਜੀ, ਵੇਰੀਅਸ ਟਾਈਪਸ ਆਫ ਦਾ ਸਪੀਸੀਜ਼ ਆਫ ਪਲਾਂਟਸ ਐਂਡ ਐਨੀਮਲਸ ਆਫ ਦਾ ਬਾਇਓਸਫੇਅਰ ਇਜ਼ ਨੋਨ ਐਜ਼ ਐਨੀਮਲ ਕਿੰਗਡਮ, ਵੀ ਇੱਥੇ ਕੀ ਆ ਜਿਹੜੇ ਹੈਗੇ ਆ ਕਈ ਤਰ੍ਹਾਂ ਦੀਆਂ ਜਾਤੀਆਂ ਪ੍ਰਜਾਤੀਆਂ ਪਲਾਂਟਸ ਅਤੇ ਐਨੀਮਲਸ ਦੀਆਂ ਪਾਈਆਂ ਜਾਂਦੀਆਂ ਬਾਇਓਸਫੇਅਰ ਦੇ ਵਿੱਚ, ਉਸਨੂੰ ਅਸੀਂ ਕੀ ਕਹਿੰਦੇ ਹਾਂ, ਨਾਮ ਦਿੱਤਾ ਜਾਂਦਾ ਐਨੀਮਲ ਕਿੰਗਡਮ। ਨੈਕਸਟ ਆ ਜਾਓ ਜੀ ਹਿਊਮਨ ਇਨਵਾਇਰਮੈਂਟ। ਹੁਣ ਹਿਊਮਨ ਇਨਸਾਨ, ਇਨਵਾਇਰਮੈਂਟ ਵਾਤਾਵਰਨ, ਦੈਨ ਕੀ ਹੈ ਜੀ, ਕਹਿੰਦੇ ਜੇਕਰ ਅਸੀਂ ਗੱਲ ਕਰੀਏ ਜਿਹੜਾ ਸਾਡਾ ਪ੍ਰੈਜੈਂਟ ਟਾਈਮ ਅਸੀਂ ਦੇਖਦੇ ਹਾਂ ਸਾਡਾ ਜਿਹੜਾ ਹੈਗਾ ਸੰਸਾਰ, ਇਹ ਕੀ ਹੈ ਇਕੱਲੇ ਨੇਚਰ ਦੁਆਰਾ ਬਣਾਇਆ ਨਹੀਂ ਗਿਆ, ਇਹ ਮੇਨਲੀ ਕਿਹਦੇ ਕਰਕੇ ਡਿਵੈਲਪ ਹੋਇਆ ਜੀ, ਹਿਊਮਨ ਦੇ ਕਰਕੇ। ਹਿਊਮਨ ਨੇ ਡਿਵੈਲਪਮੈਂਟ ਕੀਤੀ, ਦਿਮਾਗ ਲਗਾਇਆ, ਸੋਚ ਲਗਾਈ, ਆਪਦੀ ਇੰਟੈਲੀਜੈਂਸੀ ਨੂੰ ਯੂਜ਼ ਕੀਤਾ, ਤਾਂ ਹੀ ਜਿਹੜੀ ਹੈਗੀ ਆ ਡਿਵੈਲਪਮੈਂਟ ਹੋਈ। ਅਤੇ ਜਿਹੜਾ ਇਹ ਅੱਜ ਦੀ ਡਿਵੈਲਪਮੈਂਟ ਤੱਕ ਪਹੁੰਚਣ ਦੇ ਲਈ ਹਿਊਮਨਸ ਨੇ ਚਾਰ ਜਿਹੜੀਆਂ ਸਟੇਜਿਸ ਨੂੰ ਮਤਲਬ ਪਾਸ ਕੀਤਾ ਸੀ। ਉਹ ਫੋਰ ਸਟੇਜਿਸ ਕੀ ਸੀ, ਸਭ ਤੋਂ ਪਹਿਲੇ ਸਟੇਜ ਉਹ ਸੀ ਜਦੋਂ ਕੀ ਆ ਸ਼ਿਕਾਰ ਕਰਦਾ ਸੀ, ਦੈਨ ਸੈਕਿੰਡ ਟਾਈਮ 'ਤੇ ਕੀ ਆ ਗਈ ਜਿਹੜੀ ਸੈਕਿੰਡ ਸਟੇਜ ਸੀ ਜਦੋਂ ਉਹਨਾਂ ਨੇ ਕੀ ਕੀਤਾ ਜੀ ਪਸ਼ੂ ਪਾਲਣੇ ਸ਼ੁਰੂ ਕੀਤੇ। ਥਰਡ ਜਿਹੜੀ ਸਟੇਜ ਹੈਗੀ ਹੈ ਜੀ ਉਸ ਟਾਈਮ 'ਤੇ ਜਦੋਂ ਕੀ ਆ ਉਹਨਾਂ ਨੇ ਐਗਰੀਕਲਚਰ ਕਰਨੀ ਸਟਾਰਟ ਕੀਤੀ, ਅਤੇ ਦੈਨ ਕੀ ਆ ਮਿਨਰਲਸ ਨੂੰ ਕੱਢਣਾ ਸ਼ੁਰੂ ਕੀਤਾ ਧਰਤੀ ਦੀ ਸਤਾ ਤੋਂ। ਅਤੇ ਦੈਨ ਫੋਰਥ ਸਟੇਜ ਕਿਹੜੀ ਆ ਜਿਹੜੀ ਅੱਜ ਦੀ ਸਟੇਜ ਮੀਨਸ ਡਿਵੈਲਪਮੈਂਟ ਦੀ ਸਟੇਜ ਹੈ, ਅਤੇ ਇਸ ਟਾਈਮ ਜਿਹੜਾ ਹੈਗਾ ਉਹਨੇ ਕੀ ਹੈ ਡਿਵੈਲਪ ਹੋ ਗਿਆ, ਇੰਡਸਟਰੀ ਇਸਟੈਬਲਿਸ਼ ਕਰ ਰੱਖੀ ਹੈ, ਟ੍ਰੇਡ ਵਗੈਰਾ ਮਤਲਬ ਵਪਾਰ ਦੇ ਵਿੱਚ ਉੱਨਤੀ ਕਰ ਰੱਖੀ ਹੈ। ਦੈਨ ਜੇਕਰ ਦੇਖੀਏ ਜੀ ਹਿਊਮਨਸ ਨੇ ਇਕੁਏਟਰ ਜਿਹੜੇ ਹੈਗੇ ਆ ਫੋਰੈਸਟਸ ਨੂੰ ਜਿਹੜਾ ਹੈਗਾ ਕਲੀਨ ਕੀਤਾ, ਉੱਥੇ ਰਬੜ ਜਿਹੜੇ ਪਲਾਂਟਸ ਨੂੰ ਪ੍ਰੋਡਿਊਸ ਕੀਤਾ, ਅਤੇ ਉੱਥੇ ਜਿਹੜਾ ਹੈਗਾ ਸੀ ਟਰਾਂਸਪੋਰਟ ਅਤੇ ਐਗਰੀਕਲਚਰ ਜਿਹੜੇ ਹੈਗੇ ਆ ਪ੍ਰੋਡਕਟਸ ਜਿਹੜੇ ਹੈਗੇ ਆ ਮਤਲਬ ਜਿਵੇਂ ਆਪਾਂ ਕਹਿੰਦੇ ਪੋਟੈਟੋ, ਕੋਟਨ, ਸ਼ੂਗਰ ਕੇਨ, ਟੀ, ਕੌਫੀ, ਇਹ ਉਹ ਕਾਫੀ ਮਤਲਬ ਜਿਹੜੀਆਂ ਫਸਲਾਂ ਉਗਾਈਆਂ, ਫਿਰ ਇਹ ਫਸਲਾਂ ਜਿਹੜੀਆਂ ਹੈਗੀਆਂ ਇੱਧਰ ਉੱਧਰ ਮੋਡ ਆਫ ਟਰਾਂਸਪੋਰਟ ਦੇ ਰਾਹੀਂ ਪੋਸੀਬਲ ਹੋਇਆ। ਅਤੇ ਕਿਉਂ? ਕਿਉਂਕਿ ਜੇ ਟਰਾਂਸਪੋਰਟ ਦੇ ਸਾਧਨ ਸੀਗੇ ਬਣਾਏ, ਡਿਵੈਲਪ ਕੀਤੇ ਮਨੁੱਖ ਨੇ, ਹਿਊਮਨਸ ਨੇ, ਤਾਂ ਹੀ ਜਿਹੜੇ ਹੈਗੇ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਣ ਲੱਗ ਪਿਆ। ਅਤੇ ਹੁਣ ਜਿਹੜਾ ਵਰਲਡ ਹੈ ਉਹ ਇੱਕ ਤਰ੍ਹਾਂ ਦਾ ਗਲੋਬਲ ਮਾਰਕੀਟ ਹੀ ਬਣ ਗਿਆ ਹੈ। ਅਤੇ ਦੈਨ ਜੇਕਰ ਦੇਖੀਏ ਗਲੋਬਲ ਮਾਰਕੀਟ ਤੋਂ ਮਤਲਬ ਕੀ ਸਮਝਦੇ ਹਾਂ ਹੁਣ, ਵੀ ਕੋਈ ਵੀ ਸਮਾਨ ਜਿਹੜਾ ਇੱਕ ਜਗ੍ਹਾ 'ਤੇ ਪਾਇਆ ਜਾਂਦਾ ਦੇਸ਼ 'ਤੇ, ਚਾਹੇ ਉਹ ਕਿਸੇ ਹੋਰ ਦੇਸ਼ 'ਚੋਂ ਮੰਗਾਉਣਾ ਹੋਵੇ, ਉਹ ਜਿਹੜਾ ਹੈਗਾ ਹੁਣ ਲਿਆਉਣਾ ਪੋਸੀਬਲ ਹੋ ਗਿਆ ਹੈ। ਦੈਨ ਕੀ ਹੈ ਜੀ, ਕਹਿੰਦੇ ਜਿਹੜੇ ਮੈਨ ਨੇ ਕੀ ਕੀਤਾ ਗਾ, ਮਾਊਂਟੇਨਸ ਨੂੰ ਕੱਟ ਦਿੱਤਾ ਹੈ, ਮਾਊਂਟੇਨਸ ਨੂੰ ਕੱਟ ਕੇ ਰਸਤੇ ਬਣਾ ਦਿੱਤੇ ਆ, ਜਿਹੜੇ ਹੈਗੇ ਆ ਸਮੁੰਦਰੀ ਰਸਤਿਆਂ ਰਾਹੀਂ ਜਿਹੜਾ ਹੈਗਾ ਵਪਾਰ ਵਗੈਰਾ ਕਰਨ ਲੱਗ ਪਿਆ, ਜਿਹੜੇ ਦਰਿਆ ਵਗੈਰਾ ਸੀ ਜਿੱਥੇ ਪਾਣੀ ਦਾ ਕੋਈ ਸਿਸਟਮ ਸਹੀ ਨਹੀਂ, ਉਹਨਾਂ ਨੂੰ ਕੀ ਆ ਪਾਣੀ ਬੰਨ ਕੇ ਯੂਜ਼ ਕਰਨ ਲੱਗ ਪਿਆ, ਚਾਹੇ ਉਹ ਡੈਮ ਬਣਾ ਕੇ ਲਾ ਲਓ, ਚਾਹੇ ਜਿਵੇਂ ਨਹਿਰਾਂ ਕੱਢ ਕੇ ਲਾ ਲਓ, ਉਹਨੂੰ ਕੀ ਆ ਆਪਦੀ ਜਿਹੜੀ ਹੈਗੀ ਆ ਇਰੀਗੇਸ਼ਨ ਦੇ ਲਈ ਯੂਜ਼ ਕਰਨ ਲੱਗ ਪਿਆ। ਦੈਨ ਕੀ ਹੈ ਜੀ, ਜਿਹੜੇ ਮਿਨਰਲ ਸੀਗੇ ਉਹਨਾਂ ਨੂੰ ਧਰਤੀ 'ਚੋਂ ਕੱਢ ਕੇ ਆਪਣੇ ਯੂਜ਼ ਕਰਨ ਲੱਗ ਪਿਆ, ਆਪਦੇ ਢੰਗ ਨਾਲ ਇੰਡਸਟਰੀ ਦੇ ਵਿੱਚ ਯੂਜ਼ ਕਰਨ ਲੱਗ ਪਿਆ, ਜਿਸ ਨਾਲ ਕੀ ਹੋ ਗਿਆ ਡਿਵੈਲਪਮੈਂਟ ਵਧਦੀ ਗਈ। ਅਤੇ ਦੈਨ ਹੁਣ ਕੀ ਆ ਵਰਲਡ ਨੂੰ ਗਲੋਬਲ ਵਿਲੇਜ ਦੇ ਤੌਰ 'ਤੇ ਜਾਣਿਆ ਜਾਣ ਲੱਗ ਪਿਆ।
ਅਤੇ ਦੈਨ ਅਸੀਂ ਕੀ ਕਹਿ ਸਕਦੇ ਹਾਂ ਵੀ ਹਿਊਮਨਸ ਨੇ ਆਪਦੀਆਂ ਜਿਹੜੀਆਂ ਹੈਗੀਆਂ ਸਕਿੱਲਸ ਨੂੰ ਇੰਨਾ ਕੁ ਡਿਵੈਲਪ ਕਰ ਲਿਆ ਵੀ ਉਹਨੂੰ ਪਤਾ ਵੀ ਜਿਹੜੇ ਹੈਗੇ ਆ ਰਿਸੋਰਸਿਸ ਨੂੰ ਕਿਵੇਂ ਆਪਦੇ ਨੀਡਸ ਦੇ ਅਕੋਰਡਿੰਗ ਯੂਜ਼ ਕਰਨਾ ਹੈ।